टाइम न्यूज 24 में आपका स्वागत है। मैं हूँ अग्रिमा जादौन। खबर पंजाब के बटाला से, जहाँ कुछ दिन पहले लोक इंसाफ पार्टी के लुधियाना के गिल इलाके के हल्का इंचार्ज सन्नी कैथ और लोक इंसाफ पार्टी के कार्यकर्ता पर हुए हमले के बाद आज संपूर्ण लॉकडाउन में लोक इंसाफ पार्टी के हल्का इंचार्ज विजय त्रेहन की अगुवाई में बटाला के गांधी चौक में कांग्रेस के सांसद रवनीत सिंह बिट्टू का पुतला फूंका गया और साथ में पंजाब सरकार मुर्दाबाद के नारे भी लगाए गए। पूरे घटनाक्रम को पुलिस प्रशासन मूक दर्शक बनकर देखता रहा। एक तरफ जहां लोगों के घर से बिना मास्क निकलने पर चालान पुलिस काटती है, वहीं दूसरी ओर पुलिस द्वारा इन प्रदर्शनकर्मियों को रोड जमा न करने की सलाह देकर अपने सामने पुतला जलाने के लिए कहा गया। असी जो आज इत्थे रोस मार्च किया है, उसका कारण यह है कि लुधियाने दे विच जिहड़ा रवनीत बिट्टू MP चुनिया होया है, उसका फर्ज बनता है कि अज जो लुधियाने दे विच कोरोना की किन्नी माड़ी मार पै रही है, ਤੁਹਾਡਾ ਫਰਜ਼ ਬਣਦਾ ਹੈ ਲੋਕਾਂ ਵੱਲ ਧਿਆਨ ਕਰੋ। ਹਸਪਤਾਲਾਂ ਵਿੱਚ ਵੈਂਟੀਲੇਟਰ ਨਹੀਂ ਔਰ ਪਬਲਿਕ ਦੁਖੀ ਹੋ ਰਹੀ ਹੈ। ਲੋਕ ਇਨਸਾਫ ਪਾਰਟੀ ਜੋ ਸਰਦਾਰ ਸਿਮਰਜੀਤ ਸਿੰਘ ਦੀ ਬਹਿਸ ਨੇ, ਉਹ ਲੋਕਾਂ ਦੇ ਭਲੇ ਵਾਸਤੇ ਰਾਤ ਦਿਨ ਬਹੁਤ ਵੱਡਾ ਉੱਦਮ ਕਰ ਰਹੇ ਨੇ। ਉਹਨਾਂ ਨੂੰ ਪਤਾ ਲੱਗਾ ਕਿ ਹਸਪਤਾਲਾਂ ਦੇ ਵਿੱਚ ਵੈਂਟੀਲੇਟਰਾਂ ਦੀ ਕਮੀ ਹੈ, ਸੋ ਇਸ ਕਰਕੇ ਉਹ ਸਰਕਾਰ ਨੂੰ ਜਗਾਉਣ ਵਾਸਤੇ ਜੋ ਗਿੱਲ ਹਲਕੇ ਦੇ ਇੰਚਾਰਜ ਸੰਨੀ ਕੈਂਥ ਜੀ ਨੇ, ਉਹ ਨਾਲ ਹੋਰ ਲੋਕ ਇਨਸਾਫ ਪਾਰਟੀ ਦੇ ਮੈਂਬਰਾਂ ਨੂੰ ਨਾਲ ਲੈ ਕੇ ਉਹਨਾਂ ਨੇ ਥੋੜ੍ਹਾ ਚੰਦਾ ਕਰਾ ਕੇ ਅਤੇ ਰਵਨੀਤ ਬਿੱਟੂ ਦੀ ਕੋਠੀ ਵੱਲ ਜਾ ਰਹੇ ਸੀ ਕਿ ਜੇ ਤੁਹਾਨੂੰ ਪੈਸੇ ਦੀ ਕਮੀ ਹੈ ਤਾਂ ਤੁਸੀਂ ਆ ਲਓ ਅਤੇ ਵੈਂਟੀਲੇਟਰ ਹਸਪਤਾਲਾਂ ਵਿੱਚ ਲਿਆ ਕੇ ਰੱਖੋ, ਧਿਆਨ ਕਰੋ, ਲੋਕ ਕਰੋਨਾ ਦੇ ਨਾਲ ਮਰ ਰਹੇ ਨੇ। ਲੇਕਿਨ ਰਵਨੀਤ ਬਿੱਟੂ ਜਿਵੇਂ ਇਹਦਾ ਦਾਦਾ ਪਹਿਲਾਂ ਮਾੜੇ ਕਰਮ ਕਰ ਰਿਹਾ, ਉਹੀ ਖੂਨ ਇਹਦੇ ਦਾਦੇ ਵਾਲਾ ਇਹਦਾ ਆ। ਇਹਦਾ ਫਰਜ਼ ਮੰਨਦਾ ਸੀ, ਆਇਆਂ ਦਾ ਸਤਿਕਾਰ ਕਰਦਾ, ਆਪਣੀ ਕੋਈ ਪ੍ਰੋਬਲਮ ਦੱਸਦਾ, ਵਿਸ਼ਵਾਸ ਪਾਉਂਦਾ ਕਿ ਮੈਂ MP ਹਾਂ, ਅਸੀਂ ਪੂਰਾ ਖਿਆਲ ਕਰਾਂਗੇ। ਬਲਕਿ ਆਪਣੇ ਗੁੰਡੇ ਪਹਿਲਾਂ ਤਿਆਰ ਕੀਤੇ ਹੋਏ, ਇਹਨੇ ਲੋਕ ਇਨਸਾਫ ਪਾਰਟੀ ਦੇ ਮੈਂਬਰਾਂ ਦੀ ਬੇਇੱਜ਼ਤੀ ਕੀਤੀ, ਉਹਨਾਂ ਨੂੰ ਕੁਟਾਇਆ ਗੁੰਡਿਆਂ ਦੇ ਕੋਲੋਂ। ਇਸ ਰੋਸ ਵਜੋਂ ਅਸੀਂ ਅੱਜ ਇੱਥੇ ਰਵਨੀਤ ਬਿੱਟੂ ਦਾ ਮਾੜੀਆਂ ਉਹਦੀਆਂ ਨੀਤੀਆਂ ਕਰਕੇ ਉਹਦਾ ਪੁਤਲਾ ਸਾੜਿਆ। ਬਾਕੀ ਰਵਨੀਤ ਬਿੱਟੂ ਨੂੰ ਅੱਜ ਪੂਰੇ ਵਰਲਡ ਵਿੱਚ ਥੂਹ ਥੂਹ ਹੋ ਰਹੀ ਹੈ। ਮੈਂ 4 ਮੁਲਕਾਂ ਵਿੱਚ ਹੁਣੇ ਜਾ ਕੇ ਆਇਆ, ਜਿਹੜਾ ਇਹ ਸੰਤ ਜਰਨੈਲ ਸਿੰਘ ਜੋ ਸਿੱਖ ਕੌਮ ਦੇ ਅੰਦਰ ਇੱਕ ਮਹਾਨ ਸ਼ਹੀਦ ਨਾਇਕ ਨੇ ਸਿੱਖਾਂ ਦੇ, ਉਹਨਾਂ ਦੇ ਉਲਟ ਬੋਲਦਾ ਕਰਕੇ ਸਾਰੇ ਵਰਲਡ ਵਿੱਚ ਸਮੁੱਚਾ ਸਿੱਖ ਇਹਨੂੰ ਥੂਹ ਥੂਹ ਕਰ ਰਿਹਾ। ਲੇਕਿਨ ਇਹ ਦਾਦੇ ਵਾਲੇ ਦਾ ਗੰਦਾ ਖੂਨ ਹੋਣ ਕਰਕੇ ਇਹਨੂੰ ਅਕਲ ਨਹੀਂ ਆ ਰਹੀ। ਸੋ ਅਸੀਂ ਬੇਨਤੀ ਕਰਾਂਗੇ ਕਾਂਗਰਸ ਸਰਕਾਰ ਨੂੰ ਕਿ ਤੁਸੀਂ ਬਿੱਟੂ ਨੂੰ ਥੋੜ੍ਹੀ ਨੱਥ ਪਾਓ। ਲੋਕ ਇਨਸਾਫ ਪਾਰਟੀ ਦਾ ਨਿਰਮਾਣ ਸਰਦਾਰ ਸਿਮਰਜੀਤ ਸਿੰਘ ਦੀ ਬਹਿਸ ਨੇ ਇਸ ਕਰਕੇ ਕੀਤਾ ਸੀ ਕਿ ਇਹਦਾ ਨਾਂ ਹੀ ਲੋਕ ਇਨਸਾਫ ਪਾਰਟੀ ਹੈ ਕਿ ਲੋਕਾਂ ਦੇ ਇਨਸਾਫ ਵਾਸਤੇ ਪਾਰਟੀ ਹੈ। ਜਦੋਂ ਲੋਕਾਂ ਨੂੰ ਦਰਦ ਮਿਲਦਾ, ਜਦੋਂ ਪਤਾ ਲੱਗਦਾ ਜਿਹੜੇ ਉਹਨਾਂ ਨੇ ਹਲਕਾ ਇੰਚਾਰਜ ਬਣਾਏ, ਗਿੱਲ ਹਲਕਾ ਇੰਚਾਰਜ ਲੁਧਿਆਣਾ ਦੇ ਗਿੱਲ ਤੋਂ ਸੰਨੀ ਕੈਂਥ ਮੇਰੇ ਛੋਟੇ ਵੀਰ ਨੇ, ਉਹਨਾਂ ਨੇ ਇੱਕ ਰੋਸ ਕੀਤਾ ਬਿੱਟੂ ਰਵਨੀਤ ਬਿੱਟੂ ਜਿਹੜੇ MP ਸਾਹਿਬ ਨੇ, ਇਹ ਚੰਦਾ ਇਕੱਠਾ ਕਰਕੇ ਹਲਕੇ ਦੇ ਵਿੱਚੋਂ ਅਤੇ ਇਹਨਾਂ ਨੂੰ ਚੰਦਾ ਦੇਣ ਉਹਨਾਂ ਦੀ ਕੋਠੀ ਦੇ ਬਾਹਰ ਗਏ ਸੀ, ਤਾਂ ਕਿ ਜੇ ਸਰਕਾਰ ਕੋਲ ਖਜ਼ਾਨਾ ਖਤਮ ਹੋ ਗਿਆ ਇਹ ਆਹ ਲੋ ਚੰਦਾ ਇਕੱਠਾ ਕਰਕੇ ਲਿਆਉਂਦਾ, ਇਹ ਚੰਦਾ ਲੈ ਕੇ ਅਤੇ ਤੁਸੀਂ ਵੈਂਟੀਲੇਟਰ ਹਸਪਤਾਲ ਦੇ ਵਿੱਚ ਪਾ ਦਿਓ। ਜੇ ਮਰੀਜ਼ ਆਉਣਗੇ ਤਾਂ ਕਿੱਥੇ ਸਵਾਉਣੇ ਆ, ਬਾਹਰ ਥੋੜ੍ਹੀ ਉਹਨਾਂ ਨੂੰ ਲੰਮੇ ਪਾਉਣਾ, ਮਰੀਜ਼ਾਂ ਨੂੰ ਕਿੱਥੇ ਰੱਖਣਾ। ਪੰਜਾਬ ਦੇ ਜਿਹੜੇ ਪੇਸ਼ੈਂਟ ਨੇ, ਮਰੀਜ਼ ਨੇ, ਉਹ ਬਾਹਰ ਧੱਕੇ ਖਾਂਦੇ ਆ, ਉਹਨਾਂ ਨੂੰ ਕਦੀ ਕੋਈ ਲਾਰਾ ਲਾਉਂਦੇ, ਕਦੀ ਕਹਿੰਦੇ ਸਾਡੇ ਕੋਲ ਸਟਾਫ ਹੈ ਨਹੀਂ, ਕਦੀ ਸਾਡੇ ਕੋਲ ਕੁਛ ਨਹੀਂ ਹੈਗੇ। ਵੈਂਟੀਲੇਟਰ ਨੂੰ ਲੈ ਕੇ ਉਹਨਾਂ ਨੇ ਵੈਂਟੀਲੇਟਰ ਦਾ ਚੰਦਾ ਇਕੱਠਾ ਕੀਤਾ ਸੀ, ਜਦਕਿ ਮੂੰਹ 'ਤੇ ਚਪੇੜ ਸੀ ਰਵਨੀਤ ਬਿੱਟੂ ਦੇ, ਉਹ ਚਪੇੜ ਉਹਨੂੰ ਬਰਦਾਸ਼ਤ ਨਹੀਂ ਹੋਈ ਅਤੇ ਆਪਣੇ ਗੁੰਡਾ ਅਨਸਰ ਜਿਹੜੇ ਉਹਨਾਂ ਨੇ ਘਰ ਬੁਲਾ ਕੇ ਆਪਣੀ ਕੋਠੀ ਦੇ ਅੰਦਰ 100-150 ਪਹਿਲਾਂ ਹੀ ਆਲਰੇਡੀ ਬੁਲਾਇਆ ਸੀ, ਸਾਜਿਸ਼ ਤਹਿਤ ਸਾਰਾ ਕੰਮ ਹੋਇਆ। ਇਹਨਾਂ ਨੇ ਉਹ ਬਾਹਰ ਉਸੇ ਵੇਲੇ ਕੱਢੇ,
पंजाब पुलिस के उत्थे अधिकारी मौजूद सी, उन्होंने अधिकारियों के सामने मेरे वीर सनी कैंत की पग लाई। ये पग सनी कैंत की नहीं लगी, ये लत्ती है विजय त्रेण की। ये अज सारी लोक इंसाफ पार्टी की पग लत्ती है, वह बदला लाँगे। जो धारा बनदियां ने, जो उन्हें तशद दिती साढ़े सनी कैंत वीर तो पार्टी के मैंबरों कुटिया, वो धारा भावें जो भी बनती है वो लगनी चाहिए है समेत रमनीत बिट्टू ने, क्योंकि रमनीत बिट्टी बिट्टू उसका जिम्मेदार है। उन्हें एक काम कराया, उसकी कोठी चो सारे जो गुंडा अंसर से आए थे, वो ये धारा लगनी चाहिए है। फिर असं शांत बैठा, नहीं तो इस तरह पुतले के चौंकों के फूके जाएंगे पूरे पंजाब, पूरा पंजाब यदा रोस करेगा। अगर सानू इंसाफ ना मिलिया, जो सानू हाईकमान हुक्म करेगी उस रणनीति के नाल अपनी जान तक वार देंगे, पर यह जो रमनीत बिट्टू नू गां नहीं बदल देंगे। जो जी नीति है ये हर शहर से तकरीबन फूकया गया जी, मतलब हर शहर से फूकया गया, जिन्हें भी अलका इंचार्ज बनाए हैं सारे अलका इंचार्जा ने पुतले फूकने हैं, क्योंकि सानू रोस है कि सनी कैंस नहीं त्रेन है। जिहड़े जिहड़े भी अलका इंचार्ज ने, सारे अलका इंचार्ज ने समझिया कि साढ़े नाल गल हुई है। रवनीत बिट्टू ने लोक इंसाफ पार्टी के अलका इंचार्ज नाल एक कांड किया, एक कांड कभी भी बर्दाश्त नहीं करांगे। इहदे लई भावें सानू मन बनाउण भी रखना पे, सानू वर्त रखना पिया, इहदा असीं इंसाफ जरूर लवांगे। लोक इंसाफ पार्टी के अहदेदारों ने बताया कि जो घटना लुधियाना में पुलिस की मौजूदगी में कांग्रेस के सांसद रवनीत बिट्टू के कार्यकर्ताओं ने लोक इंसाफ पार्टी के कार्यकर्ता के साथ की है, बहुत ही घटिया है। उनका कहना था कि लोक इंसाफ पार्टी के द्वारा चंदा इकट्ठा करने रवनीत सिंह बिट्टू को देने जा रहे थे, कि कोरोना काल में हॉस्पिटल में जो वेंटिलेटर की सुविधा नहीं है उसको पूरा किया जाए, लेकिन रवनीत सिंह बिट्टू की कोठी में पहले से मौजूद उसके कार्यकर्ताओं ने हमारी पार्टी के वर्करों के साथ गलत हरकत की। हमारी मांग है कि जिन लोगों ने ऐसा किया है उन पर और सांसद रवनीत सिंह बिट्टू पर कानूनी कार्रवाई की जाए। प्राइम न्यूज़ 24 के लिए जतिंदर कुंडल की रिपोर्ट।